ਗੁਪਤਾ ਜੀ, ਡੀ ਜੀ ਪੀ ਪੰਜਾਬ, ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਭੁਪਿੰਦਰ ਸਿੰਘ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਸਪੈਸ਼ਲ ਡਰਾਈਵ ਚੱਲੀ ਆ, ਜਿਹਦੇ ਵਿੱਚ ਅਸੀਂ ਇਹ ਇਨਸ਼ੋਰ ਕਰਾਂਗੇ ਵੀ ਜਿਹੜਾ ਸਾਡਾ ਫਿਰੋਜ਼ਪੁਰ ਜ਼ਿਲ੍ਹਾ ਵਾ ਇਹ ਸਫਸਟ ਨਸ਼ਾਮੁਕਤ ਹੋਵੇ। ਉਹਦੇ ਤਹਿਤ ਅਸੀਂ ਇਹ ਵਿੱਚ 22 ਤਰੀਕ ਨੂੰ ਸੀ ਆਈ ਟੀਮ ਨੇ ਇੱਕ ਦੋਸ਼ੀ ਧਰਮਪ੍ਰੀਤ ਉਸ ਧਰਮੀ ਉਸ ਕੋਲ 150 ਗ੍ਰਾਮ ਰਿਕਵਰ ਕੀਤੀ ਸੀ ਹਨ। ਉਹਦੀ ਕੰਟੀਨਿਊਟੀ 'ਚ ਜਦੋਂ ਉਸ ਕੋਲ ਰਿਮਾਂਡ ਲਿਆ, ਡਿਊਰਿੰਗ ਰਿਮਾਂਡ ਇਹ ਪਤਾ ਲੱਗਾ, ਇਨਕਸ਼ਾਫ ਹੋਇਆ ਵੀ ਇਹ ਬੰਦਾ ਵਾ ਜਿਹੜਾ ਇਹ ਪਹਿਲਾਂ ਵੀ ਇਹਦਾ ਭਰਾ ਅਤੇ ਇਹਦਾ ਕਜ਼ਨ ਇਹ ਡਰੱਗ ਪੈਡਲਰ ਨੇ ਮੰਗਾਇਆ, ਇਹਨਾਂ ਖੇਪਾਂ ਮੰਗਾਉਂਦੇ ਆ। ਅਤੇ ਇਹਦੇ ਫਿਰ ਫੋਨ 'ਚੋਂ ਕੁਛ ਇਹਦੇ ਸਾਨੂੰ ਗੱਲਾਂ ਸਾਹਮਣੇ ਆਈਆਂ ਵੀ ਇਹਨੇ ਵੀ ਖੇਪ ਮੰਗਾਈ ਹੋਈ ਆ, ਜੋ ਫਿਰ ਉਹਦੇ ਤਹਿਤ ਨੂੰ ਹੀ ਅੱਜ ਸਰਚ ਕਰਾਈ ਅਤੇ ਬੀ ਐੱਸ ਐੱਫ ਨਾਲ ਕਰਕੇ ਜਲਾਲਾਬਾਦ ਚੌਂਕੀ ਸੰਤੋਖ ਸਿੰਘ ਵਾਲਾ, ਉਹਦੇ 'ਚੋਂ ਦੌਰਾਨੇ ਸਰਚ ਫਿਰ ਜਿਹੜੇ ਜਿੱਥੇ ਇਹਦੇ ਨਿਸ਼ਾਨਦੇਹ ਦੇ 5 ਕਿਲੋ ਸਾਨੂੰ ਜਿਹੜੀ ਹੈਰਨ ਆ ਜ਼ਮੀਨ ਦੀ ਹੜ ਦੱਬੀ ਸੀ ਬਰਾਮਦ ਹੋਈ, ਇੱਕ ਪਿਸਟਲ ਸੀਗਾ, 30 ਬੋਰ, 2 ਮੈਗਜ਼ੀਨ, 2 ਜਿੰਦਾ ਰੰਦਾ ਹੁੰਦਾ ਹੋਇਆ। ਇਹ ਜਿਹੜੀ ਚੌਂਕੀ ਹੈ ਸੰਤੋਖ ਸਿੰਘ ਵਾਲਾ ਹੈ ਜਲਾਲਾਬਾਦ ਦੇ ਚੌਂਕੀ ਦੀ, ਉੱਥੋਂ ਰਿਕਵਰ ਕਰਾ ਕੇ ਲਿਆਉਂਦੀ ਹੈ। ਅਤੇ ਹੁਣ ਇਹਨੂੰ ਅਸੀਂ ਪੇਸ਼ ਕਰਾਂਗੇ ਅਤੇ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ, ਉਹਦੇ ਮੁਤਾਬਕ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਹੋਊਗਾ ਉਹਦੇ ਮੁਤਾਬਕ ਚਲੇ ਜਾਵਾਂਗੇ। ਹੁਣ ਦੇਖੋ, ਹੁਣ ਆਪਾਂ ਅੱਜ ਪੇਸ਼ ਕਰਕੇ ਰਿਮਾਂਡ ਲੈਂਦੇ ਹਾਂ, ਉਸ ਦੌਰਾਨ ਅਸੀਂ ਕਰਾਂਗੇ ਪਤਾ ਇਹਦੇ ਅੱਗੇ ਕੀ ਲਿੰਕਸ ਹੈਗੇ ਆ।